ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਆ ਗਿਆ ਨੀ ਉਹੀ ਬਿੱਲੋ ਟੈਮ, ਇਹ ਵਰਡਸ ਨੇ ਫੇਮਸ ਮਿਊਜ਼ਿਕ ਡਾਇਰੈਕਟਰ ਤੇ ਸਿੰਗਰ ਦੀਪ ਜੰਡੂ ਦੇ। ਦੀਪ ਜੰਡੂ ਲੈ ਕੇ ਆ ਰਹੇ ਨੇ ਬਹੁਤ ਹੀ ਜਲਦ ਆਪਣਾ ਨਵਾਂ ਟਰੈਕ। ਇਸ ਟਰੈਕ ਦੇ ਵਿੱਚ ਦੀਪ ਜੰਡੂ ਦੇ ਨਾਲ ਫੀਚਰ ਕਰਨਗੇ ਦੇਸੀ ਰੈਪ ਸਟਾਰ ਬੋਹੀਮੀਆ। ਦੀਪ ਜੰਡੂ ਦੇ ਬੋਹੀਮੀਆ ਦੇ ਇਸ ਟਰੈਕ ਦਾ ਨਾਮ ਹੈ ਪਾਗਲ। ਹਾਲ ਹੀ ਚ ਦੀਪ ਜੰਡੂ ਨੇ ਆਪਣੇ ਸੋਸ਼ਲ ਮੀਡੀਆ ਤੇ ਆਪਣੇ ਅਤੇ ਬੋਹੀਮੀਆ ਦੀ ਪਿਕ ਸ਼ੇਅਰ ਕੀਤੀ ਸੀ, ਜਿਸ ਵਿੱਚ ਦੱਸਿਆ ਗਿਆ ਸੀ ਕਿ ਦੋਵੇਂ ਬਹੁਤ ਹੀ ਜਲਦ ਇੱਕ ਨਵਾਂ ਗਾਣਾ ਲੈ ਕੇ ਆ ਰਹੇ ਨੇ ਤੇ ਹੁਣ ਦੀਪ ਜੰਡੂ ਨੇ ਆਪਣੇ ਇਸ ਨਵੇਂ ਆਉਣ ਵਾਲੇ ਗਾਣੇ ਦਾ ਨਾਮ ਰਿਵੀਲ ਕਰ ਦਿੱਤਾ। ਇਸ ਗਾਣੇ ਦਾ ਨਾਮ ਹੈ ਪਾਗਲ। ਇਸ ਬਾਰੇ ਚ ਇਨਫੋਰਮੇਸ਼ਨ ਦੀਪ ਜੰਡੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇਸ ਗਾਣੇ ਦਾ ਟੀਜ਼ਰ ਅਤੇ ਫਸਟ ਲੁੱਕ ਨੂੰ ਸ਼ੇਅਰ ਕਰਕੇ ਦਿੱਤੀ ਹੈ। ਦੱਸ ਦਈਏ ਤੁਹਾਨੂੰ ਕਿ ਦੀਪ ਜੰਡੂ ਤੇ ਬੋਹੀਮੀਆ ਦੇ ਇਸ ਗਾਣੇ ਪਾਗਲ ਨੂੰ ਲਿਖਿਆ ਹੈ ਲਾਲੀ ਮੁੰਡੀ ਨੇ। ਇਸ ਗਾਣੇ ਦਾ ਮਿਊਜ਼ਿਕ ਕੀਤਾ ਹੈ ਜੇ ਸਟੈਟਿਕ ਨੇ। ਇਸ ਗਾਣੇ ਦੀ ਵੀਡੀਓ ਨੂੰ ਡਾਇਰੈਕਟ ਕਰ ਰਹੇ ਨੇ ਰੂਪਨ ਬਲ ਤੇ ਰੂਬਲ GTR ਤੇ ਇਸ ਗਾਣੇ ਨੂੰ 8 ਜੁਲਾਈ 2019 ਨੂੰ ਰਿਲੀਜ਼ ਕਰ ਦਿੱਤਾ ਜਾਏਗਾ। ਸੋ ਕਿੰਨੀ ਕੁ ਉਡੀਕ ਹੈ ਤੁਹਾਨੂੰ ਦੀਪ ਜੰਡੂ ਦੇ ਇਸ ਨਵੇਂ ਟਰੈਕ ਜਿਸ ਦਾ ਨਾਮ ਹੈ ਪਾਗਲ, ਜਿਸ ਦੇ ਵਿੱਚ ਦੀਪ ਜੰਡੂ ਦੇ ਨਾਲ ਫੀਚਰ ਕਰਨਗੇ ਬੋਹੀਮੀਆ? ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਗਏ ਕਮੈਂਟ ਬਾਕਸ ਦੇ ਵਿੱਚ। ਤੇ ਨਵੇਂ ਤੇ ਲੇਟੈਸਟ ਅਪਡੇਟਸ ਲਈ ਤੁਸੀਂ ਜੁੜੇ ਰਹਿਣਾ ਦੈਨਿਕ ਸਵੇਰਾ ਟੀਵੀ ਦੇ ਨਾਲ। ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਵਰ YouTube ਚੈਨਲ ਸਵੇਰਾ ਸਟਾਰ ਟਾਕਸ।